ਤੁਸੀਂ ਕੁਝ ਇਸ ਤਰ੍ਹਾਂ ਇਹ ਵਾਂਗੇ ਜਾਗਰੂਕਤਾ ਲਿਆ ਰਹੇ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਨਸ਼ੇ ਨੂੰ ਸਿਰਫ ਇੱਕ ਵਪਾਰ ਨਾ ਸਮਝਿਆ ਜਾਵੇ ਭੈਣ ਜੀ ਨਸ਼ਾ ਕੋਈ ਵਪਾਰ ਕਰਕੇ ਕੁਝ ਲੋਕ ਵਪਾਰ ਕਰਕੇ ਵੇਚਣ ਦੇ ਨੇ ਤੇ ਕੁਝ ਪੰਜਾਬ ਨੂੰ ਖਤਮ ਕਰਕੇ ਜਿਹੜੇ ਮਨਸੂਬੇ ਵੇਚਣ ਦੇ ਨੇ ਹੁਣ ਮੈਂ ਇੱਕ ਤੁਹਾਨੂੰ ਮੈਡੀਸਨ ਦੀ ਇੱਕ ਗੱਲ ਦੱਸਦਾ ਹਾਂ ਵੀ ਮੈਡੀਸਨ ਲਾਈਨ ਦੇ ਵਿੱਚ ਇੱਕ ਆਕਸੀਟੋਸਨ ਇੰਜੈਕਸ਼ਨ ਆਉਂਦਾ ਹੈ ਜੀ ਸਰਕਾਰ ਨੇ ਆਪਣੇ ਵੱਲੋਂ ਉਹਦੇ ਤੇ ਪਾਬੰਦੀ ਲਾਈ ਏ ਜਿਹੜਾ ਪਸ਼ੂਆਂ ਨੂੰ ਲੱਗਦਾ ਹੈ ਦੁੱਧ ਚੋਣ ਤੋਂ ਪਹਿਲਾਂ ਜਿਹੜਾ ਵੇਲਾਂ ਨੂੰ ਲੱਗਦਾ ਆ ਜਿਹੜਾ ਰਾਤ ਨੂੰ ਲਾ ਦੋ ਉਹਦੇ ਸਵੇਰੇ ਵੇਲ ਦਾ ਜਿਹੜਾ ਸਬਜ਼ੀ ਆ ਜਾਂ ਫਾਲਿਆ ਉਹ ਕਿੰਨਾ ਹੀ ਵੱਡਾ ਹੋਇਆ ਹੁੰਦਾ ਆ ਉਹਦੀ ਗਰੋਥ ਹੁੰਦੀ ਆ ਹੂੰ ਹੂੰ ਉਹ ਆਕਸੀਟੋਸਨ ਇੰਜੈਕਸ਼ਨ ਜਿਹੜਾ ਨਿਰ ਧੜਕ ਵਿਕੰਡਿਆ ਜੀ ਇੱਥੇ ਅੱਗੇ ਛੋਟਾ ਐਂਪਿਊਲ ਪਿਚਿਊਟਰੀ ਦੇ ਵਿੱਚ ਆਉਂਦਾ ਸੀਗਾ 2 ਐਮਐਲ ਜਾਂ 1 ਐਮਐਲ ਹੁਣ 100 100 ਐਮਐਲ ਦੀਆਂ ਸ਼ੀਸ਼ੀਆਂ ਹੁੰਦੀਆਂ ਨੇ ਆਕਸੀਟੋਸਨ ਦੀਆਂ ਤੇ ਸਰਕਾਰ ਨੇ ਆਪਣੇ ਵੱਲੋਂ ਦੇ ਤੇ ਬੈਨ ਲਾਇਆ ਔਰ ਘੜਾ ਘੜ ਵਿੱਚ ਵੇਖੰਡਿਆ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਸਿਰਫ ਇਹ ਨਾ ਸਮਝਿਆ ਜਾਵੇ ਕਿ ਇਹ ਵਪਾਰ ਆ ਪੰਜਾਬ ਦੂ ਨਸਲ ਨੂੰ ਖਤਮ ਕਰਨ ਵਾਸਤੇ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ ਔਰ ਇਸੋਂ ਤੁਹਾਨੂੰ ਮੈਂ ਇਲਾਵਾ ਦੱਸ ਦੇਣਾ ਵਾ ਕਿ ਚਿੱਟਾਂ ਤੇ ਜਿਹੜਾ ਨੁਕਸਾਨ ਕਰਦਾ ਹੀ ਕਰਦਾ ਚਿੱਟੇ ਨੂੰ ਲੋਕ ਚਿੱਟਾ ਕਹਿ ਕੇ ਵੇਚਦੇ ਨੇ ਨਸ਼ਾ ਕਹਿ ਕੇ ਵੇਚਦੇ ਨੇ ਮੈਂ ਅੰਮ੍ਰਿਤਸਰ ਦਾ ਵਾਸੀ ਆ ਔਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਵੇਖੋ ਪਿੱਛੇ ਆਪਾਂ ਦੇਖੀ ਕਿ ਦਿੱਤੀ ਸਕੀਮ ਪਾਦੀ ਹੂੰ ਇੱਕ ਬਿਮਾਰੀ ਗਾਈਆਂ ਦੇ ਵਿੱਚ ਚੱਲੀ ਸੀਗੀ ਲਿੰਪੀ ਸਕਿਨ ਕਰਕੇ ਉਹਦੇ ਕਾਰਨ ਕਿੰਨੇ ਪਸ਼ੂ ਜਿਹੜੇ ਆ ਅਮਰਸਰ ਕੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਰ ਗਏ ਕਿਤੇ ਤੁਹਾਨੂੰ ਪਤਾ ਲੱਗਾ ਵੀ ਦੁੱਧ ਦੀ ਕਿਤੇ ਸ਼ਾਰਟੇਜ ਆਈ ਹੋਵੇ ਨਹੀਂ ਜੀ ਬਿਲਕੁਲ ਸੋ ਨਕਲੀ ਦੁੱਧ ਬਣਾ ਬਣਾ ਕੇ ਵੀ ਸਾਡੀ ਜਿਹੜੀ ਨਸਲ ਕੁਸ਼ੀ ਕੀਤੀ ਜਿਹੜੀ ਸਾਨੂੰ ਮਾਰਿਆ ਜਾ ਰਿਹਾ ਹੈਲਥ ਡਿਪਾਰਟਮੈਂਟ ਕਿਤੇ ਪ੍ਰੋਪਰ ਮਤਲਬ ਫੇਲ ਹੀ ਲੱਗਦਾ ਵਾ ਕਿਤੇ ਵੀ ਹੈਲਥ ਡਿਪਾਰਟਮੈਂਟ ਕਿਤੇ ਪੰਜਾਬ ਦਾ ਕੋਈ ਕੰਮ ਕਰਦਾ ਹੋਵੇ ਦੁੱਧ ਨਕਲੀ ਆ ਰਿਹਾ ਜੀ ਹੈਲਥ ਡਿਪਾਰਟਮੈਂਟ ਦਾ ਹੀ ਕੰਮ ਆ ਦੁੱਧ ਦੇ ਸੈਂਪਲ ਭਰਨੇ ਇਸ ਚੀਜ਼ ਨੂੰ ਰੋਕਣਾ ਔਰ ਜਿਹੜੀਆਂ ਦਵਾਈਆਂ ਦੀ ਮੈਂ ਆਕਸੀਟੋਸਨ ਇੰਜੈਕਸ਼ਨ ਦੀ ਗੱਲ ਕਰ ਰਿਹਾ ਉਹਨੂੰ ਵੀ ਕਿਤੇ ਨਾ ਕਿਤੇ ਰੋਕਣਾ ਹੈਲਥ ਡਿਪਾਰਟਮੈਂਟ ਦਾ ਹੀ ਕੰਮ ਆ ਸੋ ਇਹ ਢੱਲੇ ਦੇ ਨਾਲ ਵਿਕ ਰਿਆ ਵਾ ਉਹਨਾਂ ਚੀਜ਼ਾਂ ਦੇ ਨਾਲ ਵੀ ਸਾਡੀ ਜਿਹੜੀ ਆ ਨਸਲ ਕੁਸ਼ੀ ਹੋ ਰਹੀ ਆ ਸਾਡੀ ਜਿਹੜੀ ਨਸਲਾਂ ਬਰਬਾਦ ਕੀਤੀਆਂ ਜਾ ਰਹੀਆਂ ਨਸ਼ਾ ਤੇ ਹੈ ਹੀ ਹੈ ਪਰ ਇਹ ਜਿਹੜੇ ਸਾਇਲੈਂਟ ਚੀਜ਼ਾਂ ਜਿਹੜੀਆਂ ਵਿਕ ਰੀਆਂ ਵਾ ਇਹਦੇ ਵੱਲ ਕਿਸੇ ਦਾ ਧਿਆਨ ਨਹੀਂਗਾ ਜਿਵੇਂ ਉਹਨਾਂ ਕੇਲਿਆਂ ਨੂੰ ਪਕਾਉਣ ਵਾਸਤੇ ਜਿਹੜੇ ਕੈਮੀਕਲ ਲਾਏ ਜਾਂਦੇ ਨੇ ਸਬਜ਼ੀਆਂ ਨੂੰ ਫਲਾਂ ਨੂੰ ਪਕਾਉਣ ਵਾਸਤੇ ਇਹ ਸਾਰਾ ਪੰਜਾਬ ਜਿਹੜਾ ਸਾਰੇ ਪਾਸਿਆਂ ਤੋਂ ਘਿਰਿਆ ਹੋਇਆ ਵਾ ਕਿਦਾਂ ਨੇ ਕਹਿੰਦੇ ਇਹ ਬਹੁਤ ਵੱਡਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਜਿਹੜਾ ਚੱਲ ਰਿਹਾ ਜੇ ਆਪਾਂ ਕਹੀਏ ਕਿ ਜਿਹੜੀ ਸਰਕਾਰਾਂ ਨੇ ਰੋਕਣਾ ਆ ਉਹੋ ਹੀ ਸਰਕਾਰਾਂ ਇਹਨੂੰ ਵੇਚਣ ਦੇ ਵਿੱਚ ਇਨਵੋਲਵ ਨੇ ਸੋ ਇਹ ਚੀਜ਼ਾਂ ਰੁਕਣੀਆਂ ਜਿਹੜੀਆਂ ਬਹੁਤ ਔਖੀਆਂ ਨੇ ਇਹਦੇ ਆ ਲੋਕ ਇਸੇ ਡਰ ਕਰਕੇ ਜਿਹੜੇ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਕਿਤੇ ਸਾਡੇ ਬੱਚੇ ਨਸ਼ੇ ਦੇ ਨਾਲ ਨਾਲ ਮਰ ਜਾਣ ਦੂਰ ਰਹਿਣਗੇ ਕੰਮ ਸੇ ਕੰਮ ਸਾਨੂੰ ਦੇਖਣਗੇ ਤੇ ਸਹੀ ਕਿਤੇ ਆਪਾਂ ਉਹਨਾਂ ਨਾਲ ਗੱਲ ਤੇ ਕਰ ਸਕਾਂਗੇ ਜੇ ਮਾਰੀ ਗਏ ਤੇ ਕਿਹਦੇ ਨਾਲ ਗੱਲ ਕਰਾਂਗੇ ਸੋ ਇਹ ਵੀ ਬੜੀ ਵੱਡੀ ਥਰਾਸ ਦੀ ਹੈ ਸਾਡੀ ਤੁਹਾਨੂੰ ਕੀ ਲੱਗਦਾ ਹੈ ਕੀ ਹੱਲ ਹੋ ਸਕਦਾ ਹੈ ਤੁਹਾਡੀ ਸੋਚ ਵਿੱਚ ਦੇਖੋ ਹੱਲ ਜਿਹੜਾ ਹੈ ਨਾ ਜੇ ਆਪਾਂ ਕਹੀਏ ਕਿ ਜਿਹੜੀਆਂ ਜਥੇਬੰਦੀਆਂ ਨੇ ਉਹ ਇਹਨੂੰ ਰੋਕਣ ਕੱਲ ਨੂੰ ਜਥੇਬੰਦੀਆਂ ਕਿਸੇ ਬੰਦੇ ਨੂੰ ਫੜ ਕੇ ਸਮਗਲਰ ਨੂੰ ਉਹਦਾ ਸੌਦਾ ਲਾ ਦਿੰਦੀਆਂ ਨੇ ਮੰਨ ਲਓ ਉਹ ਮਰ ਜਾਂਦਾ ਉਹਦੀ ਲਤਮਾ ਟੁੱਟ ਜਾਂਦੀ ਹੈ ਤੇ ਪੁਲਿਸ ਕੀ ਕਰੂਗੀ ਉਹ ਮਾਰਨ ਵਾਲਿਆਂ ਤੇ ਰੋਕਣ ਵਾਲਿਆਂ ਤੇ ਕੇਸ ਕਰੂਗੀ ਜਦਕਿ ਪੁਲਿਸ ਨੂੰ ਪਤਾ ਵੀ ਹੋਊਗਾ ਕਿ ਇਹ ਬੰਦਾ ਜਿਹੜਾ ਨਸ਼ਾ ਵੇਚਦਾ ਸੀਗਾ ਇਹਨੂੰ ਤਾਂ ਕਰਕੇ ਮਾਰਿਆ ਪਰ ਹੁਣ ਇਹ ਕੌਣ ਇਹ ਬੰਦਾ ਜਿਹੜਾ ਪਹਿਲ ਕਰੇਗਾ ਦੇਖੋ 1 2 3 ਸਾਰੇ ਤਾਂ ਨਹੀਂ ਨਾ ਇਹ ਪਹਿਲ ਕਰਨਗੇ ਜਦੋਂ ਹੁਣ ਬੇਅਦਬੀਆਂ ਦੇ ਵਿੱਚ ਆਪਾਂ ਕਿੰਨਾ ਰੌਲਾ ਪਾਇਆ ਤੀ ਜੇ ਬੇਅਦਬੀਆਂ ਦਾ ਬੰਦਾ ਸੋਹ ਦਿੱਤਾ ਜਾਵੇ ਉਹ ਸਾਡਾ ਇੱਕ ਵੀਰ ਆ ਦਲਜੀਤ ਸਿੰਘ ਕਸ਼ਮੀਰ ਗੁਰਦਾਸਪੁਰ ਤੋਂ ਸੀਗਾ ਉਹ ਬੇਅਤਬੀ ਵਾਲਿਆਂ ਨੂੰ ਕਿਤੇ ਉਹਨੇ 2-4 ਚਪੇੜਾ ਉਹਨੇ ਵੀ ਮਾਰ ਦਿੱਤੀਆਂ ਤੇ ਉਹ ਬੰਦਾ ਗਿਆ ਮਾਰ ਗੁਰਦਾਸਪੁਰ ਚ ਜਿਹੜਾ ਫੌਜੀ ਕਿਹਾ ਜਾਂਦਾ ਵਾ ਕਿ ਗੁਰਦੁਆਰੇ ਚ ਸ਼ਰਾਬ ਪੀ ਕੇ ਦਾਖਲ ਹੋਇਆ ਸੀਗਾ ਔਰ ਉਹ ਸਾਡਾ ਸਾਡਾ ਵੀਰ ਜਿਹੜਾ ਆ 1.5 ਸਾਲ ਤੋਂ ਜੇਲ੍ਹ ਦੇ ਵਿੱਚ ਬੰਦਿਆ ਤੇ ਮਗਰ ਉਹਦੀ ਜਿਹੜੀ ਜਥੇਬੰਦੀ ਤੇ ਨਾਲ ਉਹ ਚੱਲਦਾ ਸੀਗਾ ਕਿਸੇ ਨੇ ਉਹਦੀ ਉਗਸੋਗੀ ਨਹੀਂ ਲਈ ਇਹ ਕੰਮ ਦੇਖੋ ਸਰਕਾਰਾਂ ਦੀ ਮਨਸ਼ਾ ਹੋਵੇ ਤੇ ਰੋਕ ਸਕਦੇ ਨੇ ਨਹੀਂ ਤੇ ਇਹ ਜਿਹੜੀਆਂ ਚੀਜ਼ਾਂ ਐ ਹੀ ਚੱਲਣਗੀਆਂ ਹੁਣ ਦੇਖੋ ਪਹਿਲੇ ਸਮਿਆਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ दारू ਵੰਡੀ ਜਾਂਦੀ ਸੀਗੀ ਹੁਣ ਸ਼ਰਾਬ ਦੀ ਥਾਂ ਤੇ ਜਿਹੜੀ ਸ਼ਰਾਬ ਵੰਡੀ ਜਾਂਦੀ ਉਹਨੂੰ ਸ਼ਰਾਬ ਦੀ ਥਾਂ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਵੇਖਿਓ ਚਿੱਟੇ ਦੀਆਂ ਕੁੜੀਆਂ ਜਿਹੜੀਆਂ ਵੰਡੀਆਂ ਜਾਇਆ ਕਰਨਗੀਆਂ ਵੋਟਾਂ ਤੇ ਬਦਲ